ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਆਪਣਾ ਮਾਰਗਦਰਸ਼ਨ ਕਰਦੇ ਨੇ। ਮਾਰਗਦਰਸ਼ਨ ਕਰਦੇ ਹੋਏ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਡਾ ਯੁੱਧ ਹੁੰਦਾ, ਸਾਡਾ ਯੁੱਧ ਹੁੰਦਾ। ਯੁੱਧ ਕਿਹਦੇ ਨਾਲ ਹੁੰਦਾ? ਕਾਲ ਨਾਲ ਹੁੰਦਾ, ਕਾਲ ਦੇ ਪੰਜਾਂ ਸਰਦਾਰਾਂ ਨਾਲ ਹੁੰਦਾ। ਹੁਣ ਉਹ ਜੋ ਯੁੱਧ ਹੈ, ਜਿਹੜੇ ਤਾਂ ਮਨਮੁੱਖ ਨੇ, ਉਹ ਕਾਲ ਦੇ ਨੁਮਾਇੰਦੇ ਨੇ। ਜਿਹੜੇ ਮਨਮੁੱਖ ਨੇ ਉਹ ਕਹਿੰਦੇ ਨੁਮਾਇੰਦੇ ਨੇ ਕਾਲ ਦੇ। ਜਿਹੜੇ ਗੁਰਮੁੱਖ ਨੇ, ਗੁਰਮੁੱਖ ਮਨ ਕਿੱਥੇ ਬਣਦਾ? ਜਦੋਂ ਉਹਨੂੰ ਨਾਮ ਸੁਣਦਾ, ਨਾਮ ਮਤਲਬ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਵਾਜ਼ ਸੁਣਦੀ ਹੈ। ਸਹਿਜ ਧੁਨ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਸੁਣਦੀ ਹੈ। ਉਹ ਸਹਿਜ ਧੁਨ ਨੂੰ ਨਾਮ ਕਹਿੰਦੇ ਨੇ। ਉਹ ਨਾਮ ਸੁਣਦਾ ਹੈ ਤਾਂ ਮਨ ਬੱਚਾ ਗੁਰਮੁਖ ਬਣ ਜਾਂਦਾ ਹੈ। ਮਨਮੁੱਖ ਵੀ ਅਕਾਲ ਪੁਰਖ ਦਾ ਹੀ ਬੱਚਾ ਹੈ, ਲੇਕਿਨ ਇਹ ਖੇਡ ਬਣਾਇਆ ਮਾਲਕ ਨੇ, ਆਵਣ ਜਾਣ ਇੱਕ ਖੇਲ ਬਣਾਇਆ। ਆਗਿਆਕਾਰੀ ਕਿੰਨੀ ਮਾਇਆ। ਹੁਣ ਆਪਾਂ ਸਾਰੇ ਕਾਲ ਦੇ ਨਾਲ ਜੂਝਦੇ ਆਏ, ਕਾਲ ਦੇ ਨਾਲ ਸ਼ੁਰੂ ਤੋਂ ਲੈ ਕੇ, ਬਚਪਨ ਤੋਂ ਲੈ ਕੇ, ਚਾਹੇ ਸਾਡਾ ਸਿਰ ਦਰਦ ਕੀਤਾ, ਚਾਹੇ ਪੇਟ 'ਚ ਦਰਦ ਹੋਇਆ, ਚਾਹੇ ਕੋਈ ਵੀ ਸਰੀਰਕ ਪ੍ਰੋਬਲਮ ਹੋਈ, ਚਾਹੇ ਪੈਸੇ 'ਚ ਕਮੀ ਆਈ, ਚਾਹੇ ਕਲੇਸ਼ ਪਿਆ, ਇਹ ਕਿਹਨੇ ਕੀਤਾ? ਕਾਲ ਨੇ ਕੀਤਾ। ਹੁਣ ਕਾਲ ਨੇ ਸਾਨੂੰ ਬੜਾ ਦੁਖੀ ਕੀਤਾ ਸੀ, ਸਾਰੇ ਸੰਸਾਰ ਦੇ ਉੱਤੇ, ਸਾਰੇ ਮਨਾਂ ਨੂੰ। ਔਰ ਗੁਰਮੁਖ ਪਿਆਰਿਓ, ਮਾਲਕ ਨੇ ਦੇਖਿਆ ਕਿ ਕੁਛ ਬੱਚੇ ਇੱਥੇ ਸਰੀਰ ਵਿੱਚ ਚਾਹੀਦੇ ਨੇ, ਜਿਹੜੇ ਕਾਲ ਦੇ ਨਾਲ ਲੜ ਸਕਣ, ਜੂਝ ਸਕਣ। ਅਤੇ ਉਹ ਮਨ ਬੱਚੇ ਗੁਰਮੁਖ ਬਣੇ, ਮਾਲਕ ਨੇ ਹੀ ਬਣਾਏ। ਸੰਗਤ ਦਿੱਤੀ, ਆਪੇ ਸੰਗਤ ਸਾਧੂ ਬਹਾਲੇ, ਆਪੇ ਵਿਦਾ ਕਰਾਏ। ਸੰਗਤ ਵਿੱਚ ਆਏ ਅਤੇ ਨਾਮ ਦਾ ਭੇਦ ਖੁੱਲਿਆ। ਵਡਭਾਗੀ ਵਡਭਾਗੀ ਸਤਸੰਗਤ ਪਾਈ ਰਾਮ। ਵੱਡੇ ਭਾਗਾਂ ਨਾਲ ਸਾਨੂੰ ਸੰਗਤ ਮਿਲੀ ਕਿਹੜੀ? ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ। ਜਿੱਥੇ ਨਾਮ ਦੀ ਗੱਲ ਕੀਤੀ ਜਾਵੇ, ਨਾਮ ਦਾ ਭੇਦ ਦਿੱਤਾ ਜਾਵੇ। ਹੁਣ ਤੁਸੀਂ ਸਾਰੇ ਉਸ ਨਾਮ ਦਾ ਭੇਦ ਲੈ ਚੁੱਕੇ ਨੇ, ਕਿਉਂਕਿ ਨਾਮ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ, ਨਾਮ ਸਿਰਫ ਸੁਣਨ ਵਿੱਚ ਆਉਂਦਾ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਵਾਜ਼ ਹੈ। ਹੁਣ ਗੁਰਮੁਖ ਪਿਆਰਿਓ, ਸੰਗਤ ਵਿੱਚ ਆ ਕੇ ਸਾਨੂੰ ਨਾਮ ਦਾ ਭੇਦ ਆਉਂਦਾ। ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ, ਲੱਗ ਸੰਗਤ ਨਾਮ ਪਛਾਣੇ। ਸੰਗਤ ਵਿੱਚ ਆ ਕੇ ਜਦੋਂ ਤੁਸੀਂ ਬੈਠਦੇ ਹੋ ਤਾਂ ਸੰਗਤ ਵਿੱਚ ਆ ਕੇ ਨਾਮ ਦੀ ਪਛਾਣ ਹੁੰਦੀ ਹੈ। ਤੁਹਾਡੇ ਵਿੱਚੋਂ ਬਹੁਤ ਗਿਣਤੀ ਗੁਰਮੁਖ, ਚਾਹੇ ਉਹ ਆਪਣੇ ਯੂਟਿਊਬ ਚੈਨਲ 'ਤੇ, ਟੈਲੀਗ੍ਰਾਮ 'ਤੇ ਜੁੜੇ ਹੋਏ ਨੇ। ਇੱਕ ਮਾਲਕ ਨੇ ਬੜੀ ਵੱਡੀ ਕਿਰਪਾ ਕੀਤੀ ਕਿ ਆਪਾਂ ਨੂੰ ਗੁਰਦੁਆਰਾ ਬਣਾ ਦਿੱਤਾ। ਕੀ ਬਣਾ ਦਿੱਤਾ? ਨੈੱਟ ਦੇ ਉੱਤੇ ਗੁਰਦੁਆਰਾ ਬਣ ਗਿਆ ਆਪਣਾ, ਜੋ ਆਪਣਾ ਟੈਲੀਗ੍ਰਾਮ ਦੇ ਉੱਤੇ 24 ਘੰਟੇ ਉਹ ਗੁਰੂ ਘਰ ਖੁੱਲ੍ਹਾ ਰਹਿੰਦਾ। ਜਦੋਂ ਤੁਸੀਂ ਲਾਓਗੇ, ਤੁਹਾਨੂੰ ਉਹਦੇ 'ਤੇ ਸਿਮਰਨ ਸੁਣਾਈ ਦੇਗਾ। ਜਦੋਂ ਤੁਸੀਂ ਲਾਓਗੇ ਜਾਂ ਅਗਤ ਕਹਾਣੀ ਤੁਹਾਨੂੰ ਸੁਣਾਈ ਦੇਗੀ, ਮਾਲਕ ਨੂੰ ਮਿਲਣ ਦੀ ਕਹਾਣੀ। ਸੋ ਹੁਣ ਗੁਰਮੁਖ ਪਿਆਰਿਓ, ਆਪਾਂ ਸਾਰਿਆਂ ਨੇ, ਗੁਰਮੁਖਾਂ ਨੇ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਸੱਚੇ ਪਾਤਸ਼ਾਹ। ਕਾਲ ਦੀ ਵੀ ਪਾਵਰ ਬਹੁਤ ਹੈ, ਸੱਚੇ ਪਾਤਸ਼ਾਹ ਸਾਡੇ ਵੱਸ ਨਹੀਂ ਹੈ, ਸਾਡੇ ਵੱਸ ਨਹੀਂ ਹੈ। ਅਸੀਂ ਜੂਝ ਰਹੇ ਹਾਂ, ਲੇਕਿਨ ਜਿੰਨੀ ਦੇਰ ਤੁਸੀਂ ਮਦਦ 'ਤੇ ਨਹੀਂ ਆਉਂਦੇ, ਉਨੀ ਦੇਰ ਗੱਲ ਬਣਨੀ ਨਹੀਂ। ਜਿੰਨੀ ਦੇਰ ਤੁਸੀਂ ਖੁਦ ਮਦਦ 'ਤੇ ਨਹੀਂ ਆਉਂਦੇ, ਉਨੀ ਦੇਰ ਇਹ ਖੇਡ ਨੂੰ ਅਸੀਂ ਜਿੱਤ ਨਹੀਂ ਸਕਦੇ। ਅਤੇ ਹੁਣ ਗੁਰਮੁਖ ਪਿਆਰਿਓ, ਉਹ ਫਿਰ ਦੱਸਿਆ ਗਿਆ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਕਿ ਉਹ ਜਿਹੜਾ ਖੇਡ ਹੈ ਉਹਦੇ ਵਿੱਚ ਜਦੋਂ ਫਿਰ ਮਾਲਕ ਸਾਡੀ ਮਦਦ ਦੇ ਉੱਤੇ ਆਉਂਦਾ ਹੈ, ਕਿਉਂ ਇੱਕ ਨੇਜਾ ਗੜਦਾ ਹੈ। ਜਦੋਂ ਨੇਜਾ ਗੜਦਾ ਹੈ ਤਾਂ ਉਹ ਮੋਰਚਾ ਮਾਲਕ ਨੇ ਨੇਜਾ ਗੱਢਿਆ ਅਤੇ ਮਾਲਕ ਨੇ ਇਹ ਖੇਡ ਜਿਤਾਇਆ। ਅਤੇ ਉਸ ਨੇਜੇ ਬਾਰੇ ਗੁਰਬਾਣੀ ਵਿੱਚ ਆਪਾਂ ਸਾਰੇ ਪੜ੍ਹਦੇ ਹਾਂ, ਭੈ ਨਿਰਭਉ ਹਰ ਅਟਲ ਮਨ, ਭੈ ਨਿਰਭਉ ਹਰ ਅਟਲ ਮਨ, ਸ਼ਬਦ ਗੁਰ ਨੇਜਾ ਗੱਢਿਓ।
ਉਹ ਫਿਰ ਕਿਹੜਾ ਨੇਜਾ ਕਰਦਾ? ਸ਼ਬਦ। ਹੁਣ ਗੁਰਮੁਖ ਪਿਆਰਿਓ, ਜਦੋਂ ਯੁੱਧ ਹੁੰਦਾ ਉਸ ਤੋਂ ਪਹਿਲਾਂ ਬੀਰਸ ਆਉਣਾ ਬਹੁਤ ਜ਼ਰੂਰੀ ਹੈ, ਬੀਰਸ ਆਉਣਾ ਬਹੁਤ ਜ਼ਰੂਰੀ ਹੈ। ਇੱਥੇ ਫੌਜਾਂ ਬਣਦੀਆਂ ਨੇ, ਮਿਲਟਰੀ ਦੇ ਵਿੱਚ ਬੈਂਡ ਵੱਜਦੇ ਹਨ। ਪੁਰਾਣੇ ਸਮੇਂ ਦੇ ਵਿੱਚ ਧੌਂਸੇ ਵਜਾਏ ਜਾਂਦੇ ਸੀ, ਨਗਾਰੇ ਵਜਾਏ ਜਾਂਦੇ ਸੀ ਵੀ ਸਿੰਘ ਜਿਹੜੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਨੇ ਉਹਨਾਂ ਨੂੰ ਜੋਸ਼ ਆ ਜਾਵੇ। ਜੋਸ਼ ਆ ਜਾਵੇ ਐਸਾ ਕਿ ਜਾਂ ਤਾਂ ਮੈਦਾਨੇ ਜੰਗ ਦੇ ਵਿੱਚ ਜਿੱਤ ਜਾਣ ਅਤੇ ਜਾਂ ਸ਼ਹੀਦੀ ਪਾ ਜਾਣ। ਆਪਾਂ ਸਾਰਿਆਂ ਨੇ ਹੁਣ ਯੁੱਧ ਕਰਨਾ ਹੈ। ਮਾਲਕ ਆਪਣੀ ਮਦਦ 'ਤੇ ਆਏ ਹੋਏ ਨੇ, ਹਮੇਸ਼ਾ ਹੀ ਰਹਿੰਦੇ ਨੇ। ਆਓ ਫਿਰ ਗੁਰਮੁਖ ਪਿਆਰਿਓ, ਬੀਰਸ ਵਿੱਚ ਆਉਣ ਵਾਸਤੇ ਆਓ ਗੁਰਮੁਖਾਂ ਤੋਂ ਪਹਿਲਾਂ ਆਪਾਂ ਇੱਕ ਕਵੀਸ਼ਰੀ ਸੁਣਦੇ ਹਾਂ। ਜੋ ਵੀ ਤੁਹਾਨੂੰ ਇੱਥੇ ਕਵੀਸ਼ਰੀ ਦੇ ਰੂਪ ਵਿੱਚ ਬੀਰਸ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਸਮਾਂ ਲੈਣਾ ਤੁਹਾਨੂੰ ਵੀ ਜੋਸ਼ ਭਰ ਜੇ, ਮੁੜ ਕੇ ਸਿਮਰਨ ਦੁਆਰਾ ਆਪਾਂ ਯੁੱਧ ਕਰਨਾ। ਮੈਂ ਗੁਰਮੁਖਾਂ ਨੂੰ ਬੇਨਤੀ ਕਰਦਾ ਕਵੀਸ਼ਰੀ ਜਥੇ ਨੂੰ ਵੀ ਆ ਜਾਓ ਸਟੇਜ ਦੇ ਉੱਤੇ। ਆਓ ਸਾਰੇ ਗੁਰਮੁਖ ਰਲ ਕੇ ਗੁਰਮੁਖਾਂ ਤੋਂ ਆਪਾਂ ਕਵੀਸ਼ਰੀ ਸ਼ਰਵਣ ਕਰਦੇ ਹਾਂ ਕਿ ਜਿਹੜੇ ਸਾਡੇ ਮਨ ਨੇ ਉਹ ਬੀਰਸ ਵਿੱਚ ਆ ਜਾਣ, ਬੀਰਸ ਭਰ ਜਾਵੇ ਕਿ ਅਸੀਂ ਪਿੱਛੇ ਨਾ ਹਟੀਏ, ਪੂਰਾ ਤਾਨ ਲਾ ਦਈਏ। ਆਓ ਸ਼ਰਵਣ ਕਰੋ। ਕਲੰਗੀ ਬਾਲਿਆ ਤੇਰੇ ਸਕੂਰੇ ਅੰਦਰ, ਮੈਂ ਸੁਣਿਆ ਲੱਗਦੀ ਫੀਸ ਕੋਈ ਨਾ, ਜਦ ਵੱਲ ਕਰਾਸ ਦੇ ਵੇਖਿਆ ਤਾਂ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਇਹ ਕਾਲ ਦਾ ਦੇਸ਼ ਹੈ, ਇੱਥੇ ਸਾਡੇ ਮਨ ਨੇ ਯੁੱਧ ਕਰਨਾ ਕਿਹਦੇ ਨਾਲ? ਪੰਜਾਂ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ। ਕਿਸ ਰੂਪ ਦੇ ਵਿੱਚ ਯੁੱਧ ਕਰਨਾ? ਅਸੀਂ ਖਾਲਸਾ ਸੋਈ ਜੋ ਚੜ੍ਹੇ ਨਿੱਤ ਜੰਗ, ਖਾਲਸਾ ਸੋਈ ਜੋ ਕਰੇ ਨਿੱਤ ਜੰਗ। ਜੰਗ ਕਿਵੇਂ ਕਰਨਾ? ਸਿਮਰਨ ਦੇ ਨਾਲ, ਸਿਮਰਨ ਕਰਨਾ ਬੀਰਸ ਦੇ ਵਿੱਚ। ਦੂਜੇ ਪਾਸੇ ਆ ਜਾਓ, ਜਿਹੜੇ ਜਿੱਥੇ ਗੁਰੂ ਖਾਲਸਾ ਪੰਥ ਦੀ ਸਿਰਜਣਾ ਕਰਨ ਵੇਲੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਿਹੜੀ ਖਾਲਸੇ ਦੀ ਰੂਪਰੇਖਾ ਤਿਆਰ ਕੀਤੀ ਸੀ, ਖਾਲਸੇ ਦੇ ਵਿੱਚ ਜਿਹੜੇ ਗੁਣ ਭਰੇ ਸਨ, ਉਹਨਾਂ ਨੇ ਖਾਲਸੇ ਦੇ ਵਿੱਚੋਂ ਜੋ ਕੁਝ ਵੇਖਣਾ ਚਾਹਿਆ ਸੀ ਕਿ ਮੇਰਾ ਖਾਲਸਾ ਇਸ ਤਰ੍ਹਾਂ ਦਾ ਹੋਵੇ, ਮਜ਼ਲੂਮ ਦੀ ਰਾਖੀ ਕਰੇ, ਜਿਹੜਾ ਵੀ ਕੋਈ ਜ਼ਾਲਮ ਆਵੇ ਦ੍ਰਿਸ਼ਟਮਾਨ ਤੌਰ 'ਤੇ ਉਹਦੇ ਨਾਲ ਜੰਗ ਕਰੇ, ਅੰਦਰੂਨੀ ਤੌਰ 'ਤੇ ਜੰਗ ਕਰਨਾ ਅਸੀਂ ਪੰਜਾਂ ਦੇ ਨਾਲ, ਸਿਮਰਨ ਕਰਕੇ ਗੁਰੂ ਪਾਤਸ਼ਾਹ ਦਾ ਸੰਤ ਬਣਨਾ। 24 ਸਾਲ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ 1675 ਤੋਂ ਲੈ ਕੇ 1675 ਦੇ ਵਿੱਚ ਸ਼ਹਾਦਤ ਹੁੰਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, 1675 ਤੋਂ ਲੈ ਕੇ 1699 ਤੱਕ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਨੂੰ ਪਹਿਲਾਂ ਸੰਤ ਬਣਾਇਆ। 24 ਸਾਲ ਕਿਵੇਂ ਬਣਾਇਆ? ਅਭਿਆਸ ਦੇ ਨਾਲ, ਗੁਰਸੰਗਤ ਦੇ ਚਰਨਾਂ ਵਿੱਚ ਬੇਨਤੀ ਕਰੀਏ। ਵੈਸੇ ਤਾਂ ਜੇ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸਮਾਂ ਲਾਈਏ, ਤਕਰੀਬਨ ਲਗਭਗ, ਪੱਕਾ ਨਹੀਂ ਇਸ ਗੱਲ 'ਤੇ ਕਹਿ ਸਕਦੇ ਸੀ, 250 ਸਾਲ ਦੇ ਲਗਭਗ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਜਾਮਿਆਂ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਸੰਤ ਤੋਂ ਸਿਪਾਹੀ ਬਣਾਉਣ ਤੱਕ ਲਾਤੇ। ਅਤੇ ਆਓ ਹੁਣ ਬੇਨਤੀ ਕਰੀਏ, ਅਸੀਂ ਆਪ ਜੀ ਦੇ ਚਰਨਾਂ 'ਤੇ ਜਿਹੜੀ ਕਵਿਤਾ ਪੇਸ਼ ਕਰਨ ਲੱਗੇ ਹਾਂ, ਖਾਲਸੇ ਦੀ ਰੂਪਰੇਖਾ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਖਾਲਸੇ ਦੇ ਵਿੱਚ ਗੁਣ ਦੇਖਣੇ ਚਾਹੇ ਕਿ ਮੇਰੇ ਖਾਲਸੇ ਵਿੱਚ ਆਹ ਗੁਣ ਹੋਣ, ਦੁਨੀਆ ਤੋਂ ਵੱਖਰਾ ਹੋਵੇ। ਆਓ ਗੁਰਦੁਆਰਾ ਪ੍ਰਭ ਮੇਲੇ ਕਚਾਓ ਦੇ ਸਿਖਿਆਰਥੀ ਕਵੀਸ਼ਰੀ ਜਥਿਆਂ ਦੇ ਜਵਾਨੀ ਆਪ ਜੀ ਦੇ ਚਰਨਾਂ ਵਿੱਚ ਇੰਝ ਪੇਸ਼ ਕਰ ਰਹੇ ਮੈਂ ਸਿੰਘ ਗੁਰੂ ਦਸਮੇਸ਼ ਦਾ, ਮੇਰੀ ਜਗ ਤੋਂ ਵੱਖਰੀ ਸ਼ਾਨ, ਮੈਂ
पंजे काफर जित के, मैं पंजे काफर जित के फेरे मर्द कीता पान, मेरे शीस दमाला सजदा, मेरे शीस दमाला सजदा, मेरी ढाक उत्ते कृपान, मैनू कहिंदे रूप अकाल दा, मैनू कहिंदे रूप अकाल दा, मैं भावे हां इंसान, मैं कदे नी पिछे हटदा, कदे नी पिछे हटदा, मैं जिथे खर्चा आण, मैं राखा दुखी गरीब दा, मैं राखा दुखी गरीब दा, ते मारा आकड़ खान, चाहे जुलमी आण हनेरियां, चाहे जुलमी आण हनेरियां, मैं खर्चा वांग चट्टान, जदा लोड है पैंदी देश नू, जदा लोड है पैंदी देश नू, मैं सरदा रहिंदा दान, मैं धर्म दा दीवा बालदा, धर्म दा दीवा बालदा, जिथे आउंदे जुल्म तूफान, मैं उत्थे छाती डा दिया, मैं उत्थे छाती डा दिया, जिथे डरदा कुल जहान, मेरी मुच्छां दा वट वेख के, मुच्छां दा वट वेख के, जालम दी निकले जहान, जद विच मैदान आ जावां, ਮੈਦਾਨੇ ਆ ਜਾਵਾਂ, ਦੁਸ਼ਮਣ ਥਰ ਥਰ ਗੰਭੀ ਜਾਨ, ਮੈਂ ਕੁੱਟੇ ਫੜ ਫੜ ਸੰਗੀਆਂ, ਕੁੱਟੇ ਫੜ ਫੜ ਸੰਗੀਆਂ, ਜੋ ਵੱਟੇ ਸੀ ਪਲਵਾਰ, ਮੈਂ ਮੰਨਦਾ ਗੁਰੂ ਗ੍ਰੰਥ ਨੂੰ, ਮੈਂ ਮੰਨਦਾ ਗੁਰੂ ਗ੍ਰੰਥ ਨੂੰ, ਜਿੱਥੋਂ ਲੈਂਦਾ ਜੱਗ ਗਿਆਨ, ਮੈਂ ਨਹੀਂ ਕਬਰਾਂ ਨੂੰ ਪੂਜਦਾ, ਨਹੀਂ ਕਬਰਾਂ ਨੂੰ ਪੂਜਦਾ, ਮੇਰੀ ਓਟ ਇੱਕੋ ਭਗਵਾਨ, ਮੈਂ ਭਲਾ ਮੰਗਾ ਸਰਬੱਤ ਦਾ, ਮੈਂ ਭਲਾ ਮੰਗਾ ਸਰਬੱਤ ਦਾ, ਮੇਰਾ ਸਤਿਗੁਰ ਦਾ ਫੁਰਮਾਨ, ਮੈਂ ਕਰਕੇ ਪਰਿ ਉਪਕਾਰ ਵੀ, ਮੈਂ ਕਰਕੇ ਪਰਿ ਉਪਕਾਰ ਵੀ, ਨਾ ਮਨ ਵਿੱਚ ਕਰਾਂ ਗੁਮਾਨ, ਮੇਰੇ ਸਿਦਕ ਧਰਮ ਨੂੰ ਵੇਖ ਕੇ, ਮੇਰੇ ਸਿਦਕ ਧਰਮ ਨੂੰ ਵੇਖ ਕੇ, ਮੈਨੂੰ ਚੁੱਕਦਾ ਕੁੱਲ ਜਹਾਨ, ਮੈਂ ਨਹੀਂ ਜੰਨਤ ਲੋੜਦਾ, ਮੈਂ ਨਹੀਂ ਜੰਨਤ ਲੋੜਦਾ, ਨਾ ਹੂਰਾਂ ਦਾ ਚਾਹਵਾਨ, ਤੂੰ ਸੱਚ ਜਾਣ ਦਲਵੀਰ ਸਿੰਘਾ, ਤੂੰ ਸੱਚ ਜਾਣ ਦਲਵੀਰ ਸਿੰਘਾ, ਮੈਂ ਸ਼ਹੀਦਾਂ ਦੀ ਸੰਤਾਨ, ਸਭ ਰਲ ਕੇ ਕਹਿ ਦਿਓ ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰਦੁਆਰਾ ਬ੍ਰਹਮਣ ਨੇ ਕਿ ਚਾਹੋ ਦੇ ਕਵੀਸ਼ਰੀ ਜਥੇ ਪਾਸੋਂ ਬੋਲਦਿਆਂ ਕੋਲੋਂ ਕਿਸੇ ਕਿਸਮ ਦੀ ਕੋਈ ਗਲਤੀ ਹੋ ਗਈ ਹੋਵੇ, ਸੰਗਤ ਅਤੇ ਗੁਰੂ ਬਖਸ਼ਣ ਯੋਗ ਆ, ਬਖਸ਼ ਦੇਣਾ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਹੁਣ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੱਸ ਰਹੇ ਨੇ, ਕਹਿੰਦੇ ਗਗਨ ਦਮਾਮਾ ਬਾਜਿਓ, ਗਗਨ ਇਹਨੂੰ ਕਹਿੰਦੇ, ਗਗਨ ਦਮਾਮਾ ਬਾਜਿਓ, ਪਰੇ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਹੁਣ ਜੂਝਣਾ ਆਪਾਂ ਸਾਰਿਆਂ ਨੇ। ਹਾਂਜੀ, ਨੇਤਰ ਬੰਦ ਕਰ ਲਓ ਜੀ। ਜਦੋਂ ਤੇਜ਼ ਹੋਣਾ, ਯਕਦਮ ਹੱਲਾ ਪਾਉਣਾ, ਯਕਦਮ ਤੇਜ਼ ਹੋਣਾ ਸਾਰਿਆਂ ਨੇ। ਫਿਰ ਥੋੜ੍ਹਾ ਜਿਹਾ ਜਦੋਂ ਅਸੀਂ ਡਾਊਨ ਥੋੜ੍ਹਾ ਸਲੋ ਕਰਾਂਗੇ, ਉਦੋਂ ਤੁਸੀਂ ਸਲੋ ਹੋ ਜਾਣਾ, ਫਿਰ ਤੇਜ਼ ਯਕਦਮ ਪੂਰਾ ਤਾਨ ਲਾ ਦੇਣਾ, ਠੀਕ ਹੈ ਜੀ। ਆਓ ਫਿਰ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਆਓ ਫਿਰ ਜੂਝੀਏ, ਵਾਹ Grr!
ਚਾਰੇ ਦਿਸ਼ਾਵਾਂ ਦੇ ਵਿੱਚ ਜਪੀਏ ਨਾਮ ਸੁਖ ਸਵਾਰੀਏ ਮਾਲਕ ਦੀ ਕਿਰਪਾ ਦੇ ਨਾਲ ਚਾਰਾਂ ਦਿਸ਼ਾਵਾਂ ਦੇ ਵਿੱਚ ਨਾਮ ਜਪਿਆ ਜਾਏਗਾ ਅਤੇ ਸਾਰੇ ਨਾਮ ਜਪਣ ਵਾਲਿਆਂ ਨੂੰ ਸੁੱਖ ਮਿਲੇਗਾ। ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਅਤ ਵੀ ਮੈਂ ਤੇਰੀ ਓਟ ਤੇਰਾ ਆਸਰਾ ਤੱਕਿਆ ਸੱਚੇ ਪਾਤਸ਼ਾਹ। ਫਿਰ ਕੀ ਕਹਿੰਦੇ ਕਹਿੰਦੇ ਇਹ ਇੱਕ ਭਵ ਸਾਗਰ ਸੀਗਾ ਸੰਸਾਰ ਸਾਗਰ ਵਿਚਾਰਾਂ ਦਾ। ਇੱਥੋਂ ਫਿਰ ਗੁਰੂ ਬਾਹਰ ਕੱਢ ਲੈਂਦਾ ਗੁਰ ਕਾਢਿਓ ਪੂਜਾ ਵਿਸਾਲ ਮੋਹ ਉਪਾਰੀ ਹੈ ਮੈਂ ਜਿੱਤਿਓ ਜਨਮ ਉਪਾਰ ਬਹੁਰ ਨਾ ਹਾਰੀ ਹੈ ਮੈਂ ਪਾਇਓ ਸਰਬ ਨਿਦਾਨ ਅਕਥ ਕਥਾਰੀ ਹੈ ਹਰ ਦਰਗਹਿ ਸੋਭਾ ਬੰਤ ਬਾਂਹ ਲੁਡਾਰੀ ਹੈ ਜਨ ਨਾਨਕ ਲੱਧਾ ਰਤਨ ਅਮੋਲ ਆਪਾਰੀਆ ਗੁਰ ਸੇਵਾ ਭਵਜਲ ਤਰੀਏ ਕਹੋ ਪੁਕਾਰੀਆ। ਮਾਲਕ ਦੀ ਕਿਰਪਾ ਦੇ ਨਾਲ ਆਪਾਂ ਭਵ ਸਾਗਰ ਵਿੱਚੋਂ ਬਾਹਰ ਹੁੰਦੇ ਹਾਂ ਅਤੇ ਫਿਰ ਆਪਾਂ ਪੁਕਾਰ ਪੁਕਾਰ ਕੇ
ਦੱਸਣਾ ਹੁੰਦਾ ਹੈ ਅੱਗੇ ਦੀ ਅੱਗੇ ਵੀ ਭਾਈ ਇਹ ਖੇਡ ਹੈ, ਇਹਦੇ 'ਚੋਂ ਆਪਾਂ ਪਾਰ ਹੋ ਸਕਦੇ ਹਾਂ। ਕਿਰਪਾ ਮਾਲਕ ਦੀ ਹੁੰਦੀ ਹੈ, ਉਹਦੀ ਕਿਰਪਾ ਤੋਂ ਬਿਨਾਂ ਕੁਛ ਹੋ ਨਹੀਂ ਸਕਦਾ। ਜੇ ਉਹ ਕਿਰਪਾ ਕਰਦਾ ਤਾਂ ਸੰਗਤ ਵਿੱਚ ਲਿਆ ਕੇ ਪਾਉਂਦਾ, ਜੇ ਉਹ ਕਿਰਪਾ ਕਰਦਾ ਤਾਂ ਨਾਮ ਜਪਾਉਂਦਾ। ਆਪੇ ਸੰਗਤ ਸਾਧ ਬਹਾਲੇ ਆਪੇ ਵਿਦਾ ਕਰਾਉਂਦਾ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਜੋ ਕਿਰਪਾ ਕਰਦਾ ਤਾਂ ਗੁਰੂ ਦਾ ਸ਼ਬਦ ਕਮਾਇਆ ਜਾਂਦਾ। ਅਤੇ ਮਾਲਕ ਦੀ ਕਿਰਪਾ ਦੇ ਨਾਲ ਹੀ ਜੋ ਮਨ ਬੱਚੇ ਨੇ ਉਹ ਗੁਰਮੁਖ ਬਣ ਜਾਂਦੇ ਨੇ, ਅਤੇ ਜਿਹੜੇ ਕਾਲਵਾਸ ਹੁੰਦੇ ਨੇ ਉਹ ਜਦੋਂ ਦੂਸਰੇ ਗੁਰਮੁਖ ਬੱਚਿਆਂ ਨਾਲ ਵਿਚਾਰ ਕਰਦੇ ਨੇ ਤਾਂ ਉਹਨਾਂ 'ਤੇ ਵੀ ਅਸਰ ਹੋ ਜਾਂਦਾ। ਬਹੁ ਗਿਣਤੀ ਫਿਰ ਗੁਰਮੁਖਾਂ ਦੀ ਵੱਧ ਜਾਂਦੀ ਹੈ। ਇਸੇ ਤਰ੍ਹਾਂ ਬਦੀ ਦਾ ਜਿਹੜਾ ਹੈ ਉਹ ਨਾਸ਼ ਹੋਣਾ ਚਾਹੀਦਾ ਹੈ ਅਤੇ ਨਾਮ ਦਾ ਪ੍ਰਕਾਸ਼ ਹੋਣਾ ਚਾਹੀਦਾ। ਇਹੀ ਆਪਾਂ ਸਾਰੇ ਗੁਰਮੁਖੀ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਸ਼ੁਰੂ ਤੋਂ ਹੀ ਕਰਦੇ ਆ ਰਹੇ ਹਨ। ਸੱਚੇ ਪਾਤਸ਼ਾਹ ਆਪਦੇ ਹੁਕਮ ਵਿੱਚ ਰੱਖੋ ਅਤੇ ਬਦੀ ਦਾ ਬਹੁਤ ਪਸਾਰਾ ਹੋਇਆ ਹੋਇਆ ਸੀ, ਇਹਦਾ ਹੁਣ ਬਦੀ ਦਾ ਨਾਸ਼ ਹੋ ਜਾਵੇ ਅਤੇ ਨਾਮ ਦਾ ਪ੍ਰਕਾਸ਼ ਵੱਧ ਜਾਵੇ ਅਤੇ ਸੰਗਤਾਂ ਜਿਹੜੀਆਂ ਨੇ ਆਪਦੇ ਬੱਚੇ ਨੇ ਜਿਹੜੇ ਉਹ ਨਾਮ ਵਿੱਚ ਸਮਾ ਕੇ ਆਪ ਜੀ ਦੇ ਘਰ ਆ ਜਾਣ, ਆਪ ਜੀ ਦੇ ਕੋਲ ਪਹੁੰਚ ਜਾਣ ਅਤੇ ਉਹ ਵੀ ਸੁੱਖ ਲੈ ਲੈਣ, ਉਹਨਾਂ ਨੂੰ ਵੀ ਸੁੱਖ ਮਿਲੇ। ਸੋ ਗੁਰਮੁਖ ਪਿਆਰੋ, ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਾਰਾ ਇਹ ਖੇਡ ਸਮਝਾਇਆ ਗਿਆ ਹੈ। ਇਸ ਖੇਡ ਨੂੰ ਸਮਝਣਾ ਹੁੰਦਾ ਹੈ, ਸਮਝ ਕੇ ਫਿਰ ਗੁਰੂ ਤੋਂ ਬਿਨਾਂ ਗੱਲ ਬਣਦੀ ਨਹੀਂ, ਗੁਰੂ ਧਾਰਨ ਕਰਨਾ ਪੈਂਦਾ ਹੈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੇ ਸੰਸਾਰ ਦੇ ਅਧਿਆਤਮਿਕ ਗੁਰੂ ਹਨ, ਇੱਕ ਗਾਂ ਟੀਚਰ ਹੁੰਦਾ ਹੈ, ਉਸਤਾਦ ਹੁੰਦਾ ਹੈ, ਉਹਦੇ ਤੋਂ ਆਪਾਂ ਉਹਨਾਂ ਨੇ ਵੀ ਪ੍ਰੈਕਟੀਕਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੁਤਾਬਕ ਕੀਤਾ ਹੁੰਦਾ ਹੈ। ਇਸ ਤਰ੍ਹਾਂ ਦੇ ਗੁਰਮੁਖਾਂ ਦੀ ਸੰਗਤ ਆਪਾਂ ਨੂੰ ਮਿਲ ਜੇ ਅਤੇ ਉਹ ਵੀ ਸਾਡੇ ਲਈ ਇੱਕ ਟੀਚਰ ਹੁੰਦਾ, ਇੱਕ ਗੁਰੂ ਹੁੰਦਾ, ਇੱਕ ਉਸਤਾਦ ਹੁੰਦਾ, ਕਿਉਂਕਿ ਉਹ ਸਾਨੂੰ ਫਿਰ ਗੁਰਬਾਣੀ ਗੁਰੂ ਦੇ ਮੁਤਾਬਕ ਗੁਰਬਾਣੀ ਗੁਰੂ ਦੇ ਵਿੱਚ ਪ੍ਰਮਾਣ ਦੇ ਕੇ ਸਾਨੂੰ ਮਾਲਕ ਬਾਰੇ ਦੱਸਦਾ ਅਤੇ ਮਾਲਕ ਨਾਲ ਜੋੜਦਾ। ਇਸੇ ਤਰ੍ਹਾਂ ਆਪਣੇ ਸਾਰਿਆਂ ਦੇ ਸਤਿਕਾਰਯੋਗ ਗੁਰਮੁਖ ਮਾਲਕ ਦੇ ਆਗਿਆਕਾਰੀ ਸਪੁੱਤਰ ਆਪਣੇ ਵਿੱਚ ਆਏ ਅਤੇ ਉਹਨਾਂ ਨੇ ਆ ਕੇ ਆਪਾਂ ਨੂੰ ਮਾਲਕ ਬਾਰੇ ਦੱਸਿਆ ਵੀ ਤੁਸੀਂ ਮਾਲਕ ਨੂੰ ਇਸ ਤਰ੍ਹਾਂ ਮਿਲ ਸਕਦੇ। ਉਹ ਉਹਨਾਂ ਦੇ ਮਾਲਕ ਦੇ ਆਗਿਆਕਾਰੀ ਸਪੁੱਤਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤੁਰਮਾਲਾ ਇੱਥੇ ਸੰਸਾਰ 'ਤੇ ਆਏ, ਉਹਨਾਂ ਨੇ ਆਉਂਦਿਆਂ ਮਾਲਕ ਦਾ ਪ੍ਰਚਾਰ ਸੱਚ ਦਾ ਭੇਦ ਦੇਣਾ ਸ਼ੁਰੂ ਕੀਤਾ ਅਤੇ ਆਪਾਂ ਨੂੰ ਉਹਨਾਂ ਦੀ ਸੰਗਤ ਮਾਲਕ ਨੇ ਪ੍ਰਾਪਤ ਕਰਾਈ ਅਤੇ ਆਪਾਂ ਲਾਹਾ ਖੱਟਿਆ ਸਾਰਿਆਂ ਨੇ, ਜਿਹਨੇ ਜੋ ਮੰਗਿਆ ਉਹਨੂੰ ਮਿਲਿਆ। ਆਪਾਂ ਮੰਗਿਆ ਮਾਲਕ ਦਾ ਮਿਲਾਪ, ਆਪਾਂ ਕੀ ਮੰਗਿਆ ਜੀ, ਪ੍ਰਭੂ ਮਿਲਾਪ ਮੰਗਿਆ ਅਤੇ ਉਹ ਦੇਖ ਲੈਂਦਾ, ਬਿਣ ਬੋਲੇ ਜਾਣਦਾ, ਪਾਰਦਰਸ਼ੀ ਹੁੰਦਾ ਅਤੇ ਉਹਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਬੱਚਾ ਮਨ ਵਿੱਚ ਕੀ ਇੱਛਾ ਲੈ ਕੇ ਆਇਆ। ਜਿਹੜੀ ਬੱਚਾ ਇੱਛਾ ਲੈ ਕੇ ਉਹਨੂੰ ਪੂਰੀ ਕਰਦੀ, ਕਿਸੇ ਨੇ ਦੁਨਿਆਵੀ ਇੱਛਾ ਰੱਖੀ ਉਹਦੀ ਪੂਰੀ ਕਰਦੀ। ਹਾਂਜੀ, ਕਿਸੇ ਵਿਰਲੇ ਨੇ, ਸੂਰਮੇ ਨੇ, ਸੂਰਮਾ ਹੀ ਕਹਾਂਗੇ ਉਹਨੂੰ, ਜਿਹਨੇ ਨਾਮ ਦੀ ਇੱਛਾ ਰੱਖੀ, ਜਿਹਨੇ ਨਾਮ ਦੀ ਇੱਛਾ ਰੱਖੀ, ਮਹਾਰਾਜ ਮੈਨੂੰ ਨਾਮ ਮਿਲੇ, ਤਾਂ ਜਿਹਨਾਂ ਨੇ ਨਾਮ ਦੀ ਇੱਛਾ ਰੱਖੀ ਉਹਨਾਂ ਨੂੰ ਨਾਮ ਮਿਲਿਆ ਅਤੇ ਫਿਰ ਅੱਗੇ ਪ੍ਰਭੂ ਮਿਲਾਪ ਮਿਲਿਆ, ਨਾਮ ਵਿੱਚ ਸਮਾਏ। ਇਹ ਫਿਰ ਉਹਨਾਂ ਦੇ ਦਿੱਤੇ ਹੋਏ ਸੰਦੇਸ਼ੇ ਨੂੰ ਜੋ ਮਾਲਕ ਨੇ ਭੇਜਿਆ ਸੀ ਉਹਨਾਂ ਨੂੰ, ਉਹਨਾਂ ਨੇ ਅੱਗੇ ਮਾਲਕ ਦਾ ਸੰਦੇਸ਼ਾ ਦਿੱਤਾ, ਆਪਾਂ ਵੀ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਨੂੰ, ਮੁੱਖ ਵਿੱਚੋਂ ਨਿਕਲੇ ਹੋਏ ਉਹਨਾਂ ਦੇ ਬਚਨਾਂ ਨੂੰ ਕਿ ਆਪਾਂ ਪਹਿਰਾ ਦੇ ਰਹੇ ਹਾਂ। ਹੂਬ ਹੂ ਕੋਸ਼ਿਸ਼ ਨਹੀਂ ਕਰ ਸਕਦੇ, ਥੋੜ੍ਹੀ ਬਹੁਤ ਕਿਣਕਾ ਮਾਤਰਾ ਆਪਾਂ ਥੋੜ੍ਹੀ ਬਹੁਤ ਕੋਸ਼ਿਸ਼ ਰਲ ਮਿਲ ਕੇ ਆਪਾਂ ਸਾਰੇ ਮਾਲਕ ਦੇ ਬੱਚੇ ਅਭਿਆਸ ਕਰਦੇ ਹਾਂ, ਨਾਮ ਸੁਣਦੇ ਹਾਂ, ਮਾਲਕ ਦੇ ਦਰਸ਼ਨ ਕਰਦੇ ਹਾਂ। ਮਾਲਕ ਕਿਰਪਾ ਕਰੇ, ਆਉਣ ਵਾਲੇ ਸਮੇਂ 'ਚ ਆਪਾਂ ਕਲਾਸਾਂ ਸ਼ੁਰੂ ਕਰਨੀਆਂ ਨੇ, ਜੋ ਪਹਿਲੀ ਵਾਰੀ ਗੁਰਮੁਖ ਆਇਆ ਕਰਨਗੇ ਉਹਨਾਂ ਨੂੰ ਪਹਿਲੀ ਕਲਾਸ ਦੇ ਵਿੱਚ ਸਿਮਰਨ ਕਰਾਇਆ ਜਾਏਗਾ, ਵਿਧੀਆਂ ਦੱਸੀਆਂ ਜਾਣਗੀਆਂ, ਅਗਤ ਕਹਾਣੀ ਸੁਣਾਈ ਜਾਇਆ ਕਰੇਗੀ। ਫਿਰ ਦੂਸਰੀ ਕਲਾਸ ਦੇ ਵਿੱਚ ਬੱਚੇ ਉਹ ਜਾਣਗੇ ਜਿਹਨਾਂ ਨੂੰ ਨਾਮ ਸ਼ਬਦ ਸੁਣਨ ਲੱਗ ਗਿਆ, ਉਹ ਦੂਸਰੀ ਕਲਾਸ 'ਚ ਹੋ ਜਾਣਗੇ। ਅਤੇ ਤੀਸਰੀ ਕਲਾਸ ਦੇ ਵਿੱਚ ਜਿਹਨਾਂ ਬੱਚਿਆਂ ਨੂੰ ਮਾਲਕ ਨੇ
ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਪਰਦਾ ਲਾ ਦਿੱਤਾ ਅਤੇ ਅੰਮ੍ਰਿਤ ਦੀ ਦਾਤ ਦੇ ਦਿੱਤੀ। ਉਹ ਫਿਰ ਗੁਰਮੁਖ ਜਿਹੜੇ ਨੇ ਉਹ ਤੀਸਰੀ ਕਲਾਸ ਵਿੱਚ ਆਉਣਗੇ। ਇਹ ਹੁਣ ਆਪਾਂ ਇਸ ਸਥਾਨ 'ਤੇ ਜਿਵੇਂ ਜਿਵੇਂ ਸੰਗਤ ਦੇ ਸਹਿਯੋਗ ਨਾਲ ਆਪਾਂ ਚੱਲ ਰਹੇ ਹਾਂ, ਇਵੇਂ ਫਿਰ ਆਪਾਂ ਕਲਾਸਾਂ ਲਾਇਆ ਕਰਾਂਗੇ। ਅਤੇ ਮਾਲਕ ਦੇ ਹੁਕਮ ਵਿੱਚ, ਮਾਲਕ ਦੇ ਬਾਣੀ ਵਿੱਚ, ਮਾਲਕ ਦੀ ਰਜ਼ਾ ਦੇ ਵਿੱਚ ਆਪਾਂ ਰਹਿਣਾ ਹੈ। ਕੋਸ਼ਿਸ਼ ਨਹੀਂ ਕਰਨੀ, ਰਹਿਣਾ ਹੈ, ਰਹਿਣਾ ਹੀ ਰਹਿਣਾ ਮਾਲਕ ਦੇ ਹੁਕਮ ਵਿੱਚ, ਰਜ਼ਾ 'ਚ, ਬਾਣੀ ਦੇ ਵਿੱਚ। ਹਾਂਜੀ ਗੁਰਮੁਖ ਪਿਆਰਿਓ, ਹੁਣ ਗੁਰਮੁਖਾਂ ਨੂੰ ਬੇਨਤੀ ਕਰਦੇ ਹਾਂ ਕਿ ਥੋੜ੍ਹੀ ਦੇਰ ਆਪਾਂ ਸਹਿਜ ਵਿੱਚ ਪਿਆਰ ਨਾਲ ਸਿਮਰਨ ਕਰ ਲਈਏ, ਅਤੇ ਜਿਸ ਤਰ੍ਹਾਂ ਅੱਗੇ ਪ੍ਰੋਗਰਾਮ ਹੋਏਗਾ ਭਾਅ ਜੀ ਨੂੰ ਦੱਸਿਆ ਜਾਏਗਾ। ਆਓ ਬੜੇ ਹੀ ਪਿਆਰ ਦੇ ਨਾਲ ਨੇਤਰ ਬੰਦ ਕਰਕੇ ਸਿਮਰਨ ਕਰੋ। ਸ਼੍ਰੀ ਵਾਹਿਗੁਰੂ, 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 ਸਤਿ ਸ਼੍ਰੀ ਅਕਾਲ।